ਗੁੱਡ ਮਾਰਨਿੰਗ ਬੇਟਾ ਅੱਜ ਬੇਟਾ ਜਿਉ ਆਪਾਂ ਚੈਪਟਰ ਕਰਨ ਜਾ ਰਹੇ ਆ ਤੁਹਾਡੀ ਰਿਕੁਐਸਟ ਆ ਰਹੀ ਸੀ ਕਿ ਸੈਕਸ਼ਨ ਡੀ ਦਾ ਜੋ ਚੈਪਟਰ ਵਾ ਜੂਐਨਓ ਉਹ ਚੈਪਟਰ ਕੰਪਲੀਟ ਕਰਵਾ ਦਿੱਤਾ ਜਾਵੇ ਠੀਕ ਹੈ ਇਹਦੇ ਵਿੱਚ ਆਪਾਂ ਪਹਿਲਾਂ ਜੂਐਨਓ ਦੇ ਜਿਹੜੀ ਹੈਗੀ ਆ मीनिंग ਹਿਸਟਰੀ ਵਗੈਰਾ ਦੇਖਾਂਗੇ ਫਿਰ ਇਹਦੇ ਪ੍ਰਿੰਸੀਪਲ ਏਮਸ ਆਬਜੈਕਟ ਐਂਡ ਇਟਸ ਫੰਕਸ਼ਨ ਵੇਖਾਂਗੇ ਠੀਕ ਹੈ ਵੈਸੇ ਤੇ ਯੂਨੀਵਰਸਿਟੀ ਵਾਲੇ ਜਿਹੜੇ ਹੈਗੇ ਆ ਇੰਨਾ ਟੌਪਿਕ ਤੇ ਹੀ ਕੁਐਸਚਨ ਪਉਂਦੇ ਨੇ ਜਾਂ ਤੇ ਉਹਦੇ ਜਿਹੜੇ ਹੈਗੇ ਆ ਆਬਜੈਕਟਸ ਪਾਦੇ ਨੇ ਇਹ ਜਾਂ ਫੰਕਸ਼ਨ ਵਗੈਰਾ ਬਟ ਆਪਾਂ ਇਹਦੀ ਜਿਹੜੀਆਂ ਕਮਜ਼ੋਰੀਆਂ ਤੇ ਸਫਲਤਾਵਾਂ ਇਹ ਵੀ ਦੋਨੋਂ ਚੀਜ਼ਾਂ ਕਰਾਂਗੇ ਕਿਉਂਕਿ ਉਸ ਨਾਲ ਰਿਲੇਟਡ ਕੁਐਸਚਨ ਆ ਜਾਂਦਾ ਹੁੰਦਾ ਹੈ ਕਿ ਹਾਂ ਤੇ ਇਸ ਤੇ ਜਿਹੜੀ ਹੈਗੀ ਜੁਆਨ ਹੁੰਦਾ ਤੁਸੀਂ ਆਬਜੈਕਟਿਵ ਦੱਸੋ ਦੈਨ ਆਫਟਰ ਇਸ ਤੇ ਜਿਹੜੀਆਂ ਸਫਲਤਾਵਾਂ ਦੱਸੋ ਜਾਂ ਇਹਦੀ ਜਿਹੜੀ ਹੈਗੀ ਕਿਸੇ ਵੀ ਅੰਗ ਦੇ ਜਿਹੜਾ ਹੈਗਾ ਵਾ ਉਸ ਬਾਰੇ ਵਰਣਨ ਕਰੋ ਜਵੇਂ ਮਹਸਭਾਈਆ ਉਹਦੇ ਇਸ ਸੰਗਠਨ ਬਾਰੇ ਸੰਗਠਨ ਤਾਂ ਟਾਂਜੇ ਬਾਰੇ ਦੱਸ ਕੇ ਤੇ ਉਹਦੇ ਸਫਲਤਾਵਾਂ ਜਾਂ ਅਸਫਲਤਾਵਾਂ ਬਾਰੇ ਦੱਸੋ ਇਹ ਸੈਕਸ਼ਨ ਡੀ ਦਾ ਜਿਹੜਾ ਹੈਗਾ ਚੈਪਟਰ ਹੈ ਇਹਦੇ ਵਿੱਚ ਤਿੰਨ ਚਾਰ ਚੈਪਟਰ ਨੇ ਇੱਕ ਚੈਪਟਰ ਤੁਸੀਂ ਆਪਣੀ ਮਰਜ਼ੀ ਨਾਲ ਛੱਡ ਸਕਦੇ ਹੋ ਠੀਕ ਹੈ ਜਿਹੜਾ ਵੀ ਕੋਈ ਟਫ ਲੱਗਦਾ ਹੈਗਾ ਅੱਗੇ ਮੈਂ ਸਾਰੇ ਚੈਪਟਰ ਦੀ ਵੀਡੀਓ ਵਨ ਬਾਈ ਵਨ ਬਣਾਵਾਂਗੀ ਤੇ ਇਹ ਵੀ ਜਿਹੜਾ ਹੈਗਾ ਵਾ ਚੈਪਟਰ ਵਾ ਜਿਹੜਾ ਜੁਐਨੋ ਆ ਉਹ ਇੱਕ ਵੀਡੀਓ ਚ ਕੰਪਲੀਟ ਨਹੀਂ ਹੋਏਗਾ ਇਸ ਲਈ ਚਾਰ ਮੇਬੀ ਸ਼ਾਇਦ ਵੀਡੀਓ ਬਣ ਜਾਣਗੀਆਂ ਇਸ ਕਰਕੇ ਸਾਰੀਆਂ ਵੀਡੀਓਸ ਨੂੰ ਹੀ ਧਿਆਨ ਨਾਲ ਵੇਖਿਓ ਤਾਂ ਪਲੀਜ਼ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਚਲੋ ਬੇਟਾ ਸਟਾਰਟ ਕਰਦੇ ਹਾਂ ਆਪਾਂ ਆਪਣਾ ਚੈਪਟਰ ਹੈਗਾ ਵਾ ਸੰਯੁਕਤ ਰਾਸ਼ਟਰ ਉਦੇਸ਼ ਅਤੇ ਸਿਧਾਂਤ ਫਸਟ ਆਫ ਆਲ ਆਪਣੇ ਦਿਮਾਗ ਚ ਗੱਲ ਆ ਜਾਂਦੀ ਹੈਗੀ ਆ ਕਿ ਇਸਦੀ ਲੋੜ ਹੀ ਕਿਉਂ ਪਈ? ਜਾਨੀ ਕਿ ਹਰੇਕ ਧਰੁਵ ਦੇਸ਼ ਆਜ਼ਾਦ ਹੈ ਆਪਣੇ ਆਪਣੇ ਹਸਾਮਨਾ ਆਪਣੀ ਸਰਕਾਰ ਚਲਾਉਂਦਾ ਹੈ ਫਿਰ ਇਸ ਨੂੰ ਕਿਉਂ ਲੋੜ ਪਈ? ਐਕਚੁਅਲੀ ਹੋਇਆ ਇਸ ਤਰ੍ਹਾਂ ਸੀ ਕਿ ਜਦੋਂ ਦੋ ਵਿਸ਼ਵ ਯੁੱਧ ਹੋ ਗਏ ਪਹਿਲਾ ਵਿਸ਼ਵ ਯੁੱਧ ਹੋਇਆ ਤੇ ਉਦੋਂ ਲੀਗ ਆਫ ਨੇਸ਼ਨਸ ਬਣਿਆ ਸੀ ਜਿਸ ਨੂੰ ਇਹ ਜ਼ਿੰਮੇਵਾਰੀ ਦਿੱਤੀ ਸੀ ਕਿ ਜੇਕਰ ਕੋਈ ਦੇਸ਼ ਦੂਜੇ ਦੇਸ਼ ਤੇ ਹਮਲਾ ਕਰਦਾ ਤੁਸੀਂ ਉਸ ਨੂੰ ਰੋਕਣਾ ਹੈ। ਤੁਸੀਂ ਉਤੇ ਪਾਬੰਦੀ ਲਗਾਉਣੀ ਹੈ ਕਿ ਨਹੀਂ ਇਹੋ ਜਿਹਾ ਮਤਲਬ ਕੋਈ ਵੀ ਦੂਸਰੇ ਦੀ ਪ੍ਰਭ ਸੱਤਾ ਨੂੰ ਖਤਮ ਨਾ ਕਰੇ। ਪਰ ਲੀਗ ਆਫ ਨੇਸ਼ਨਸ ਕੋਲੋ ਇਹ ਕੰਮ ਹੋਇਆ ਨਾ ਸਕਸੈਸਫੁਲੀ ਹੋਇਆ ਨਾ ਰੀਜ਼ਨ ਇਹ ਵੀ ਸੀ ਕਿ ਜਿਹੜੇ ਮੇਨ ਦੇਸ਼ ਸੀ ਫਰਾਂਸ ਵਰਗੇ ਦੇਸ਼ ਸੀ ਜਾਂ ਅਮਰੀਕਾ ਵਰਗੇ ਦੇਸ਼ ਸੀ ਉਹ ਇਹਦੇ ਮੈਂਬਰ ਹੀ ਨਹੀਂ ਸੀ ਠੀਕ ਹੈ ਉਹ ਆਪਣੀਆਂ ਮਰਜ਼ੀਆਂ ਜੇ ਕਰਦੇ ਸੀ ਤੇ ਉਹ ਇਸ ਕਰਕੇ ਕੋਈ ਪਾਬੰਦੀ ਕੋਈ ਵੀ ਜਿਹੜਾ ਹੈਗਾ ਸੀ ਦੇਸ਼ ਜਿਹੜਾ ਹੈਗਾ ਸੀ ਉਹ ਆਪਣੀ ਹੀ ਮਰਜ਼ੀ ਕਰਦਾ ਜਿਵੇਂ ਇਟਲੀ ਹੋ ਗਿਆ ਜਪਾਨ ਹੋ ਗਿਆ ਜਾਂ ਦੂਜੇ ਦੇਸ਼ ਵਗੈਰਾ ਹੋ ਗਏ ਤੇ ਲੀਗ ਆਫ ਨੇਸ਼ਨਸ ਦੀ ਅਸਫਲਤਾ ਦੇ ਕਾਰਨ ਕਰਕੇ ਦੈਨ ਆਫਟਰ ਬਾਅਦ ਵਿੱਚ ਜਿਹੜਾਗਾਹੀ ਇਸ ਨੂੰ ਮਜ਼ਬੂਤ ਕੀਤਾ ਗਿਆ ਲੀਗ ਆਫ ਪੁਆਇੰਟਸ ਦੇਖੇ ਕਮੀਆਂ ਵੇਖੀਆਂ ਗਈਆਂ ਫਿਰ ਉਹ ਕਮੀਆਂ ਨੂੰ ਕੱਢ ਕੇ ਤੇ ਸਟ੍ਰਿਕਟਸ ਪੁਆਇੰਟਸ ਲਿਆਂਦੇ ਗਏ ਕਿ ਜਿਹੜਾ ਜਿਹੜਾ ਵੀ ਇਸ ਨੇਸ਼ਨਸ ਦਾ ਮੈਂਬਰ ਬਣੂਗਾ ਉਹਨੂੰ ਇਹ ਪੁਆਇੰਟਸ ਵਗੈਰਾ ਜਿਹੜੀਆਂ ਗਈਆਂ ਇਹ ਰੂਲ ਰੈਗੂਲੇਸ਼ਨਸ ਫਾਲੋ ਕਰਨੇ ਹੀ ਪੈਣਗੇ ਠੀਕ ਹੈ ਦੈਨ ਆਫਟਰ ਲਿਕ ਆਫ ਨੇਸ਼ਨਸ ਨੂੰ ਕਈ ਕਹਿੰਦੇ ਆ ਕਿ ਲਿਕ ਆਫ ਨੇਸ਼ਨਸ ਦਾ ਹੀ ਐਕਚੁਅਲੀ ਸੁਧਰਿਆ ਸੁਧਰੀਆ ਹੋਇਆ ਰੂਪ ਜਿਹੜਾ ਹੈਗਾ ਵਾ ਉਹ ਸੰਯੁਕਤ ਰਾਸ਼ਟਰ ਉਸ ਨੂੰ ਨਾਮ ਦਿੱਤਾ ਗਿਆ ਜੁਨੋ ਦਿੱਤਾ ਗਿਆ ਯੂਨਾਈਟਿਡ ਨੇਸ਼ਨ ਆਰਗੇਨਾਈਜੇਸ਼ਨ ਜਾਂ ਸੰਯੁਕਤ ਰਾਸ਼ਟਰ ਹੈ ਤੇ ਇਹ ਤਾਂ ਸਕਸੈਸਫੁਲ ਹੋਇਆ ਕਿਉਂਕਿ ਇਹਦੇ ਵਿੱਚ ਅਮਰੀਕਾ ਫਰਾਂਸ ਰਸ਼ੀਆ ਵਰਗੇ ਮੈਂਬਰ ਹੁਣ ਬਣ ਚੁੱਕੇ ਸੀ ਵਿਸ਼ੋਕਰ ਦੇ ਜਨ ਦੇਖਦੇ ਆਂ ਜਿਵੇਂ ਕਿ ਸਾਨੂੰ ਪਤਾ ਹੀ ਆ ਕਿ ਦੋ ਸ਼ਬਜੋਦ ਹੋ ਚੁੱਕੇ ਸੀ ਇਹਦੀ ਤਬਾਈ ਹੋਣ ਕਾਰਨ ਕਰਕੇ ਬਹੁਤ ਸਾਰੀ ਤਬਾਈ ਹੋ ਚੁੱਕੀ ਸੀ ਤੇ ਜਿਹੜਾ ਜਿਹੜਾ ਹੈਗਾ ਲੀਗ ਆਫ ਨੇਸ਼ਨਸ ਉਹ ਸਕਸੈਸਫੁਲੀ ਕੰਮ ਨਹੀਂ ਕਰ ਸਕਿਆ ਸੀ ਇਹਦੀ ਅਸਫਲਤਾ ਦੇ ਕਾਰਨ ਕਰਕੇ ਉਹਨਾਂ ਨੂੰ ਇੱਕ ਨਵੇਂ ਨੇਸ਼ਨਸ ਦੀ ਇੱਕ ਨਵੇਂ ਜਿਹੜਾ ਹੈਗਾ ਹੀ ਆਰਗੇਨਾਈਜੇਸ਼ਨ ਦੀ ਲੋੜ ਪਈ ਫਿਰ ਉਹਨਾਂ ਨੇ ਕੀ ਕੀਤਾ ਦੂਜੇ ਮਹਾਜੋਦ ਤੋਂ ਬਾਅਦ ਇੱਕ ਸਟੋਰੀ ਵੇਦ ਨਾਲ ਸੁਣਿਆ ਇਸ ਚੀਜ਼ਾਂ ਨੂੰ ਠੀਕ ਹੈ ਉਹਨਾਂ ਨੇ ਕੀ ਕੀਤਾ ਕਿ ਜਿਹੜੇ ਚਾਰ ਦੇਸ਼ ਸਾਹਮਣੇ ਆਏ ਜਿਨ੍ਹਾਂ ਨੂੰ ਆਪਾਂ ਐਲਾਈਸ ਕੰਟਰੀਸ ਵਗੈਰਾ ਵੀ ਬੋਲ ਦਿੰਦੇ ਆਗੇ ਮਿੱਤਰ ਦੇਸ਼ ਇੱਕ ਐਕਸਿਸ ਕੰਟਰੀ ਸੀ ਜਿਹੜੇ ਜਪਾਨ ਇਟਲੀ ਹੈਗੇ ਆ ਜਰਮਨੀ ਸੀ ਤੇ ਦੂਜੇ ਪਾਸੇ ਐਲਾਈਸ ਨੇਸ਼ਨਸ ਸੀ ਜਿਨੂੰ ਮਿੱਤਰ ਰਾਸ਼ਟਰ ਵੀ ਬੋਲ ਦਿੰਦੇ ਆਗੇ ਇਹਦੇ ਵਿੱਚ ਬਰਤਾਨੀਆ ਸੀ ਫਰਾਂਸ ਸੀ ਅਮਰੀਕਾ ਸੀ ਤੇ ਇੰਨੇ ਮਲਪੀ ਸਾਰੇ ਦੇਸ਼ਾਂ ਨੂੰ ਮੰਗ ਕੀਤੀ ਕਿ ਆਪਾਂ ਹੁਣ ਮਿਲ ਜੁਲ ਕੇ ਤੀਸਰੇ ਵਿਸ਼ਵ ਯੁੱਧ ਹੋਣ ਤੋਂ ਰੋਕੀਏ ਠੀਕ ਆ ਅਮਰੀਕਾ ਦਾ ਰਾਸ਼ਟਰਪਤੀ ਜਿਹੜਾ ਰੋਜ਼ਵੈਲਟ ਸੀ ਇਹਦੀ ਬਹੁਤ ਮਹੱਤਵਪੂਰਨ ਭੂਮਿਕਾ ਸੀ। ਯਾਨੀ ਕਿ ਐਨੇ ਕੋਸ਼ਿਸ਼ ਕੀਤੀ ਅੱਗੇ ਆਣ ਕੇ ਤੇ ਇਹ ਰੋਜ਼ਵੈਲਟ ਨੂੰ ਸਾਰੇ ਰਾਸ਼ਟਰਪਤੀਆਂ ਨੇ ਬੜੇ ਧਿਆਨ ਦੇ ਨਾਲ ਉਹ ਗੱਲਾਂ ਨੂੰ ਫੋਲੋ ਕੀਤਾ। ਫਿਰ ਉਹਨੇ ਚਾਰ ਚੀਜ਼ ਜਿਹੜੀਆਂ ਗਿਆ ਕੰਡੀਸ਼ਨਸ ਲਾਗੂ ਕਰਤੀਆਂ। ਕਿ ਜਿਹੜਾ ਵੀ ਇਸ ਸਾਡੇ ਨਾਲ ਰਲੇਗਾ ਨਾ ਛੇਕਾ ਉਹਨੂੰ ਚਾਰ ਗੱਲਾਂ ਫੋਲੋ ਕਰਨੀਆਂ ਪੈਣਗੀਆਂ। ਪਹਿਲੀ ਗੱਲ ਤੇ ਇਹ ਕਿ ਹਰੇਕ ਦੇਸ਼ ਨੂੰ ਆਪਣੇ ਭਾਸ਼ਣ ਦੇ ਵਿਚਾਰਾਂ ਦੇ ਪਰਟਾਵੇ ਦੀ ਸੁਤੰਤਰਤਾ ਹੈ ਜਨਨ ਕਿ ਜਿਹੜਾ ਵੀ ਮੇਰੇ ਨਾਲ ਦੇਸ਼ ਨਾਲ ਰਲ ਰਿਹਾ ਮੇਰੇ ਨਾਲ ਸੰਗਠਨ ਬਣਾ ਰਿਹਾ ਉਹ ਦੂਜੇ ਦੇਸ਼ਾਂ ਦੇ ਵਿਚਾਰਾਂ ਦੇ ਭਾਸ਼ਣ ਦੇ ਪਰਟਾਵੇ ਤੇ ਕੋਈ ਰੋਕ ਨਹੀਂ ਲਗਾਏਗਾ ਆਪਣੀ ਮਰਜ਼ੀ ਆ ਜੋ ਵੀ ਉਸ ਦਾ ਮਨ ਹੈਗਾ ਆਪਣੀ ਲਿਮਟ ਵਿੱਚ ਰਹਿ ਕੇ ਕੁਝ ਕਹਿ ਸਕਦਾਗਾ ਆਪਣੇ ਧਰਮ ਦੀ ਪੂਜਾ ਕਰ ਸਕਦਾਗਾ ਡਰ ਤੇ ਅਸੁਰੱਖਿਆ ਤੋਂ ਸੁਤੰਤਰਤਾ ਮਿਲ ਸਕਦੀ ਆ ਥੋੜ ਜਾ ਘਾਟ ਤੋਂ ਸੁਤੰਤਰਤਾ ਹੋਵੇਗੀ ਮਤਲਬ ਰੋਜ਼ਵੈਲਟ ਇਹ ਚੀਜ਼ਾਂ ਬਹੁਤ ਜ਼ਿਆਦਾ ਜ਼ਰੂਰੀ ਸਮਝਿਆ ਰਿਜ਼ ਨੇ ਵੀ ਕਿਸੀ ਕਿਉਂਕਿ ਉਸ ਟਾਈਮ ਜਿਹੜਾ ਹਿਟਲਰ ਸੀ ਉਹ ਨਾਜੀ ਧਰਮਭੋਜ ਦਾ ਪਰਫੋਲਡ ਕਰ ਰਿਆ ਸੀ ਤੇ ਜੇਕਰ ਹੋਰ ਕੋਈ ਧਰਮ ਉੱਥੇ ਕੋਈ ਵੱਡਾ ਫੁੱਲਦਾ ਸੀ ਤੂੰ ਉਹਨੂੰ ਮਰਵਾ ਹੀ ਦਿੰਦਾ ਸੀ ਯਾਨੀ ਕਿ ਵੱਢ ਘਾਟੀ ਦਿੰਦਾ ਸੀ ਤੂੰ ਉਹਨਾਂ ਨੂੰ ਇਹ ਚੀਜ਼ਾਂ ਲੱਗੀਆਂ ਕਿ ਨਹੀਂ ਵੀ ਹਰੇਕ ਦੇਸ਼ ਦੀ ਵਸਿਆ ਦੀ ਆਪਣੀ ਆਪਣੀ ਸੁਤੰਤਰਤਾ ਕਿਸੇ ਨੂੰ ਕਿਸੇ ਵਿੱਚ ਕੋਈ ਇੰਟਰਫੇਅਰ ਵਗੈਰਾ ਨਹੀਂ ਕਰਨਾ ਚਾਹੀਦਾ ਫਸਟ ਆਫ ਆਲ ਚਾਹ ਸੁਤੰਤਰਤਾ ਜ਼ਰੂਰੀ ਹੈ ਜਿਹੜਾ ਵੀ ਸਾਡੇ ਦੇਸ਼ ਦੇ ਨਾਲ ਸਾਡੇ ਸੰਗਠਨ ਦਾ ਮੈਂਬਰ ਬਣੇਗਾ ਠੀਕ ਹੈ ਇਹ ਗੱਲ ਕਹੀ ਸੀ ਰੁਜ਼ਵੈਲਟ ਨੇ ਚਲੋ ਦੈਨ ਆਫਟਰ ਫਿਰ ਕੀ ਹੋਇਆ ਫਿਰ ਉਹਨੇ ਕਹਾਂ ਕਿ ਚਲੋ ਆਪਾਂ ਇਸ ਅੱਗੇ ਹੋਰ ਵਰਕਆਊਟ ਕਰਾਂਗੇ ਦੈਨ ਆਫਟਰ ਉਹ ਲੰਡਨ ਵਿੱਚ ਇਕੱਠੇ ਹੋਏ ਲੰਡਨ ਵਿੱਚ ਇਕੱਠੇ ਹੋਏ ਤੇ ਉਹਨਾਂ ਨੇ ਇੱਕ ਮਤਾ ਪਾਸ ਕੀਤਾ ਕਿ ਆਪਾਂ ਸ਼ਾਂਤੀ ਲਈ ਅੰਤਰਰਾਸ਼ਟਰੀ ਸ਼ਾਂਤੀ ਲਈ ਕਿਉਂਕਿ ਦੋ ਵਿਸ਼ੇ ਜੋਧੂ ਹੋ ਚੁੱਕੇ ਸੀ ਕੋਲਡ ਵਾਰ ਚੱਲ ਰਿਹਾ ਸੀ ਅੰਤਰਰਾਸ਼ਟਰੀ ਸ਼ਾਂਤੀ ਦੀ ਸਥਾਪਨਾ ਲਈ ਵਾਦ ਤੋਦ ਕੋਸ਼ਿਸ਼ ਕਰੀਏ ਤੇ ਇਸ ਨੂੰ ਮਲਟਿਪਲ ਲੰਡਨ ਕੌਸ਼ਤਾਂ ਵੀ ਕਹਾ ਦਿੰਦੇ ਆ ਤੇ ਇਹਦੇ ਵਿੱਚ ਹੋਰ ਦੇਸ਼ ਵੀ ਸ਼ਾਮਲ ਹੋ ਗਏ ਜਿਵੇਂ ਨਿਊਜ਼ੀਲੈਂਡ ਕੈਨੇਡਾ ਦੱਖਣੀ ਅਫਰੀਕਾ ਬਤਾਨੀਆਂ ਕਿਉਂਕਿ ਪਹਿਲਾਂ ਸਿਰਫ ਤੇ ਸਿਰਫ ਜਿਹੜੇ ਕਿ ਤਿੰਨ ਦੇਸ਼ ਸਟਾਰਟ ਸਟਾਰਟਿੰਗ ਚਾਇ ਜਿਹਨਾਂ ਨੇ ਸ਼ੁਰੂਆਤ ਕੀਤੀ ਹੈ ਬਤਾਨੀਆਂ ਫਰਾਂਸ ਤੇ ਅਮਰੀਕਾ ਤੇ ਅਮਰੀਕਾ ਦੇ ਰਾਸ਼ਟਰਪਤੀ ਨੇ ਅੱਗੋਂ ਲੀਡਰ ਦੇ ਤੌਰ ਤੇ ਭੂਮਿਕਾ ਨਿਭਾਈ ਠੀਕ ਹੈ ਉਹਨਾਂ ਨੇ ਚਾਰ ਕੌਸ਼ਨਾਵਾ ਕਰ ਦਿੱਤੀਆਂ ਕਿ ਆਹ ਜ਼ਰੂਰੀ ਆ ਥੈਨ ਆਫਟਰ ਲੰਡਨ ਕੌਸ਼ਨਾ ਚ ਕਿਹਾ ਗਿਆ ਕਿ ਬਾਕੀ ਦੇਸ਼ਾਂ ਨੂੰ ਸੱਦਾ ਦਿੱਤਾ ਕਿ ਆਓ ਆਪਾਂ ਇੰਟਰਨੈਸ਼ਨਲ ਮੰਚ ਵਿੱਚ ਇੱਕ ਸ਼ਾਂਤੀ ਦਾ ਜਿਹੜਾ ਗਾ ਪ੍ਰਚਾਰ ਕਰੀਏ ਚਲੋ ਬਾਕੀ ਦੇਸ਼ ਵੀ ਹੌਲੀ ਹੌਲੀ ਸ਼ਾਮਿਲ ਹੋਣੇ ਸ਼ੁਰੂ ਹੋ ਗਏ ਫਿਰ ਉਹਨਾਂ ਨੇ ਲੰਨੇ ਕੋਸ਼ਨਾ ਵਿੱਚ ਕਹਿਆ ਗਿਆ ਕਿ ਆਪਾਂ ਫਿਊਚਰ ਵਿੱਚ ਆਪਾਂ ਫੇਰ ਸੈਮੀਨਾਰ ਕਰਨਾ ਹੈ ਫਿਰ ਕੀ ਹੋਇਆ ਕਿ ਉਹ ਸਾਰੇ ਜਿਹੜੇ ਕੁਝ ਦੇਸ਼ ਇਕੱਠੇ ਹੋਏ ਇੱਕ ਸਮੁੰਦਰੀ ਜਹਾਜ਼ ਤੇ ਤੁਹਾਨੂੰ ਪਤਾ ਹੈ ਐਟਲੈਂਟਿਕ ਇੱਕ ਸਮਹਾਸਾਗਰ ਆ ਜਿਵੇਂ ਪ੍ਰਸ਼ਾਂਤ ਮਹਾਸਾਗਰ ਆ ਜੇ ਕਿ ਤੁਸੀਂ ਮੈਪ 'ਚ ਵੇਖਿਆ ਆਏਗਾ ਐਟਲੈਂਟਿਕ ਵੀ ਇੱਕ ਮਹਾਸਾਗਰ ਆ ਤੇ ਉੱਥੇ ਜਾ ਕੇ ਇੱਕ ਸਮੁੰਦਰੀ ਜਹਾਜ਼ ਤੇ ਇਕੱਠੇ ਹੋਏ ਉਥੇ ਇਹਨਾਂ ਨੇ ਇੱਕ ਆਪਣੀਆਂ ਗੱਲਾਂ ਨੂੰ ਫੇਰ ਫਾਲੋ ਕੀਤਾ ਠੀਕ ਹੈ ਪ੍ਰਿੰਸ ਆਫ ਵੈਲਸ ਹੀ ਜਿਸ ਜਹਾਜ ਦਾ ਜਿਹੜਾ ਨਾਮ ਸੀ ਜਿੱਤੇ ਉਹ ਸਾਰੇ ਇਕੱਠੇ ਹੋਏ ਇਹਨਾਂ ਨੇ ਇੱਕ ਇੱਕ ਮੈਨੀਫੈਸਟੋ ਜਾਂ ਕਹਿ ਲਓ ਜਾਰੀ ਕਰ ਲਿਆ ਚਾਰਟਰ ਜਆ ਬਣਾ ਲਿਆ ਤੇ ਉਹਦੇ ਵਿੱਚ ਕਿਹਾ ਗਿਆ ਕਿ ਚਾਰ ਤੇ ਉਹ ਗੱਲਾਂ ਹੀ ਮੰਲਣੀਆਂ ਮੰਲਣੀਆਂ ਆ ਚਾਰ ਸੁਤੰਤਰਤਾਵਾਂ ਠੀਕ ਹੈ ਨਾ ਇਹਦੇ ਵਿੱਚ ਅੱਠ ਪੁਆਇੰਟ ਹੋਰ ਜੋੜ ਦੋ ਕਿ ਜਿਹੜੇ ਵੀ ਸਾਡੇ ਨਾਲ ਰਲ ਕੇ ਚੱਲਣਗੇ ਪਹਿਲੀ ਗੱਲ ਤੇ ਇਹ ਮਿੱਤਰ ਦੇਸ਼ ਨੂੰ ਆਪਣੇ ਖੇਤਰ ਦਾ ਪ੍ਰਸਾਰ ਕਰਨ ਦੀ ਕੋਈ ਲਾਸ ਨਹੀਂ ਮਿੱਤਰ ਦੇਸ਼ ਕੌਣ ਨੇ ਆਪਣੇ ਮਿੱਤਰ ਦੇਸ਼ ਹੈਗੇ ਆ ਇੰਗਲੈਂਡ ਅਮਰੀਕਾ ਤੇ ਫਰਾਂਸ ਉਹਨੇ ਕਲੀਅਰ ਕਟ ਇੰਟਰਨੈਸ਼ਨਲ ਲੈਵਲ ਤੇ ਕਹਤਾ ਕਿ ਅਸੀਂ ਜਸਟ ਹੈਲਪ ਕਰਾਂਗੇ ਜੇਕਰ ਕੋਈ ਦੂਸਰਾ 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 ਦੇਸ਼ ਤੇ ਕੋਈ ਹਮਲਾ ਕਰਦਾ ਉਹਨੂੰ ਬਚਾਵਾਂਗੇ ਉਹਦੀ ਸੁੰਦਰਤਾ ਲਈ ਰਾਖੀ ਕਰਾਂਗੇ ਬਟ ਸਾਡਾ ਆਪਣਾ ਨਿੱਜੀ ਕੋਈ ਟਾਰਗੇਟ ਨਹੀਂ ਹੋਏਗਾ ਕਿ ਅਸੀਂ ਕਿਸੇ ਤੇ ਹਮਲਾ ਕਰਨਾ ਚਾਹੁੰਦੇ ਆ ਜਾਂ ਕਿਸੇ ਦੇਸ਼ ਦੀ ਕਬਜ਼ਾ ਕਰਨਾ ਚਾਹੁੰਦੇ ਆ ਠੀਕ ਹੈ ਕਿ ਸਾਡਾ ਕੋਈ ਇਹੋ ਜਿਹਾ ਇੰਟੈਂਸ਼ਨ ਨਹੀਂ ਹੈ ਕਿ ਅਸੀਂ ਕਿਸੇ ਆਪਣੇ ਖੇਤਰ ਦਾ ਪ੍ਰਸਾਰ ਕਰਨਾ ਚਾਹੁੰਦੇ ਆ। ਦੈਨ ਆਫਟਰ ਜੇਕਰ ਕੋਈ ਆਪਣਾ ਦੇਸ਼ ਵਿੱਚ ਕੋਈ ਚੇਂਜ ਕਰਨਾ ਚਾਹੁੰਦਾ ਹੈ ਜਿਵੇਂ ਜਰਮਨ ਦੇ ਦੋ ਪਾਰਟ ਹੋ ਚੁੱਕੇ ਸੀ ਕੋਰੀਆ ਦੇ ਦੋ ਪਾਰਟ ਹੋ ਚੁੱਕੇ ਸੀ ਠੀਕ ਹੈ ਤੇ ਇਹ ਕਿਹਦੇ ਹੱਸਮਨਾ ਕਰਨਾ ਜ਼ਬਰਦਸਤੀ ਦੂਜਾ ਦੇਸ਼ ਨਹੀਂ ਕਰੇਗਾ ਲੋਕਾਂ ਦੀ ਇੱਛਾ ਅਨਸਾਰ ਕੀਤੇ ਜਾਣਗੇ। ਦੈਨ ਆਫਟਰ ਜੇ ਈ ਸਰਕਾਰ ਵੀ ਆ ਨਾ ਉਹ ਲੋਕਾਂ ਨੂੰ ਮੌਕਾ ਮਿਲੇਗਾ ਆਪਣੀ ਸਰਕਾਰ ਚੁਣਨ ਦਾ। ਇਹ ਨਹੀਂ ਵੀ ਚਲੋ ਮਾਲਪੀ ਅਸੀਂ ਤੁਹਾਡੀ ਹੈਲਪ ਕਰ ਦਿੱਤੀ ਆ ਤੇ ਅਸੀਂ ਸਰਕਾਰ ਚੁਣਾਂਗੇ। ਕੁਝ ਸਮੇਂ ਲਈ ਤੁਹਾਡੀ ਜਿਹੜੀ ਹੈਗੀ ਆ ਮੇਨਟੇਨੈਂਸ ਵਾਸਤੇ ਹੈਲਪ ਕਰਾਂਗੇ ਥੈਨ ਆਫਟਰ ਤੁਹਾਨੂੰ ਮੌਕਾ ਦੇਵਾਂਗੇ ਤੁਸੀਂ ਆਪਣੀ ਸਰਕਾਰ ਚੁਣੋਗੇ ਫਿਰ ਮਿੱਤਰ ਆਸਾ ਹਰ ਸੰਭ ਕੋਸ਼ਿਸ਼ ਕਰਨਗੇ ਕਿ ਵਪਾਰ ਵਿੱਚ ਹਰ ਰਾਸ਼ਟਰ ਨੂੰ ਸਮਾਨ ਹਿੱਸਾ ਦਿੱਤਾ ਜਾਵੇ ਫਿਰ ਥੈਨ ਆਫਟਰ ਆਰਥਿਕ ਸਹਿਯੋਗ ਦਿੱਤਾ ਜਾਏਗਾ ਨਾਜ ਜੁਲਮ ਦੀ ਸਮਾਪਤੀ ਕੀਤੀ ਜਾਏਗੀ ਅੰਤਰਰਾਸ਼ਟਰੀ ਸਮੁੰਦਰਾਂ ਨੂੰ ਹਰ ਇੱਕ ਤੋਂ ਅਛਾਲ ਕੀਤਾ ਜਾਏਗਾ ਕਿ ਸਮੁੰਦਰ ਕੁਦਰਤੀ ਚੀਜ਼ ਹੈ ਉੱਥੇ ਕਿਸੇ ਦਾ ਕਬਜ਼ਾ ਨਹੀਂ ਹੋਏਗਾ ਤੇ ਕੋਈ ਵੀ ਦੇਸ਼ ਸ਼ਕਤੀ ਦਾ ਪ੍ਰਯੋਗ ਨਹੀਂ ਕਰੇਗਾ ਚਾਹ ਸੁੰਦਰਤਾਵਾਂ ਕਈਆਂ ਸੀ 8.9 ਹੋਰ ਐਡ ਕਰਦੇ ਇੱਕਦੂ ਕਿਤੇ ਇਦੋਂ ਉਹ ਐਟਲੈਂਟਿਕ ਮਹਾਸਾਗਰ ਉੱਤੇ ਇਕੱਠੇ ਹੋਏ। ਇਸ ਤੋਂ ਬਾਅਦ ਮੜ ਕੇ ਫਿਰ ਅਜੇ ਯਾਨੀ ਕਿ ਇੱਕ ਸਮ ਨਾਲੇ ਬੈਕਗ੍ਰਾਉਂਡ ਬਣ ਰਹੀ ਆ ਉਹਨਾਂ ਦੀ ਕਿ ਕਿੱਦਾਂ ਜੁਆਨੋ ਹੋਂਦ ਵਿੱਚ ਆਇਆ ਜਿਵੇਂ ਥੋੜੀ ਥੋੜੀ ਗੱਲਾਂ ਐਡ ਹੁੰਦੀਆਂ ਗਈਆਂ ਟਾਈਮ ਟੂ ਟਾਈਮ ਹੋਏ ਇੱਕ ਦੂਜੇ ਨਾਲ ਇਕੱਠੇ ਹੁੰਦੇ ਗਏ। ਅਛਾ ਵੀ ਚਲੋ ਸਟਾਰਟਿੰਗ ਦੇ ਤਿੰਨ ਦੇਸ਼ੀ ਮੜ ਕੇ ਹੋਰ ਦੇ ਸ਼ਾਮਲ ਹੋ ਗਏ देन ਆਫਟਰ ਕਿੰਦਾਕਾ ਐਟਲੈਂਟਿਕ ਦੇ ਵਿੱਚ ਜਿਹੜੇ ਚਾਰਟਰ ਤੇ 26 ਦੇਸ਼ਾਂ ਨੇ ਘੱਟੋ-ਘੱਟ ਸਾਈਨ ਕੀਤੇ ਕਿ ਜੋ ਵੀ ਤੁਸੀਂ ਇਹ ਗੱਲਾਂ ਕਹਿ ਰਹੇ ਹੋ ਨਾ ਇਹディ ਚਾਰਟਰ ਤੇ ਗੱਲਾਂ ਅੱਠ ਗੱਲਾਂ ਲਿਖੀਆਂ ਆ ਅਸੀਂ ਟੋਟਲੀ ਐਗਰੀ ਹਾਂ ਤੁਹਾਡੇ ਨਾਲ ਠੀਕ ਹੈ ਫਿਰ ਉਸ ਤੋਂ ਬਾਅਦ ਮਾਸਕੋ ਐਲਾਨ ਹੋਇਆ 1943 ਵਿੱਚ ਕੀ ਹੋਇਆ ਕਿ ਮਿੱਤ ਦੇਸ਼ਾਂ ਨੇ ਅਮਰੀਕਾ ਰੂਸ ਚੀਨ ਅਤੇ ਬਤਾਨੀ ਦੇ ਵਿਦੇਸ਼ ਮੰਤਰਾਲੇ ਦੀ ਕਮੇਟੀ ਕੋ ਮਾਸਕੋ ਵਿੱਚ ਹੋਈ ਜਿਸ ਦਾ ਅੰਤ ਵਿੱਚ ਇਹ ਕੋਸ਼ਣਾ ਕੀਤੀ ਗਈ ਕਿ ਵਿਸ਼ਵ ਵਿੱਚ ਇਹੋ ਜਿਹਾ ਕੋਈ ਸੰਗਠਨ ਕੋਈ ਹੋਣਾ ਚਾਹੀਦਾ ਹੈਗਾ ਵਾ ਉਹਨਾਂ ਨੇ ਲੋੜ ਮਹਿਸੂਸ ਕੀਤੀ ਕਿ ਇਹੋ ਜਿਹਾ ਕੋਈ ਸੰਗਠਨ ਹੋਣਾ ਚਾਹੀਦਾ ਹੈਗਾ ਵਾ ਜਿਹਦੇ ਸਾਰੇ ਲੋਕੀ ਗੱਲਾਂ ਮੰਨਣ ਠੀਕ ਹੈ ਤਾਂ ਉਹਦੇ ਵਿੱਚ ਚਮਲਪੀ ਇਹੋ ਆਪਣੀ ਮਰਜ਼ੀ ਨਾਲ ਸਾਰੇ ਦੇਸ਼ ਜਿਹੜੇ ਹੈਗੇ ਸਹਿਮਤੀ ਪ੍ਰਗਟ ਕਰਨ ਇਹਦੇ ਵਿੱਚ ਇਹ ਐਲਾਨ ਹੋ ਗਿਆ ਕਿ ਇੱਕ ਸੰਗਠਨ ਜਿਹੜਾ ਗੱਲ ਲੈ ਕੇ ਆਈ ਹੈ ਦੈਨ ਆਫਟਰ ਡੰਪਾਂਡ ਆਕਸ ਪ੍ਰਸਤਾਵ 1944 ਵਿੱਚ ਕਹਿੰਦਾ ਫਿਰ ਇੱਥੇ ਜਿਹੜਾ ਕਿ ਅਮਰੀਕਾ ਨੇ ਮਾਸਕੋ ਐਲਾਨ ਅਨੁਸਾਰ ਇੱਕ ਅੰਤਰਰਾਸ਼ਟਰੀ ਸੰਗਠਨ ਦੀ ਯੋਜਨਾ ਬਣਾਈ ਇੱਥੇ ਤੇ ਡਿਸਾਈਡ ਕੀਤਾ ਕਿ ਚਲੋ ਇੱਕ ਸੰਗਠਨ ਹੋਣਾ ਚਾਹੀਦਾ ਦੈਨ ਆਫਟਰ ਇੱਕ ਇੱਥੇ ਆਣ ਕੇ ਉਹਨਾਂ ਨੇ ਯੋਜਨਾ ਬਣਾਈ ਫਿਰ 1944 ਵਿੱਚ ਇੱਕ ਸਾਲ ਪਾ ਦੀ ਇੰਨਾ ਇਹ ਯੋਜਨਾ ਬਤਾਨੀਆਂ ਬਰਤਾਨੀਆ ਰੂਸ ਅਤੇ 6 ਦੇ ਪ੍ਰਤੀਨਿਧਾਂ ਦੇ ਸਾਹਮਣੇ ਪੇਸ਼ ਕੀਤੀ ਗਈ ਜਿਹਨਾਂ ਦੀ ਬੈਠਕ ਅਕਤੂਬਰ 1945 ਨੂੰ ਅਮਰੀਕਾ ਵਿੱਚ ਡੈਨ ਯਾਨੀ ਕਿ ਡੈਮਬਾਰਟਨ ਵਿਖੇ ਹੋਈ ਤੋ ਇਹ ਨਿਸ਼ਚਿਤ ਕੀਤੀ ਗਈ ਕਿ ਸਾਰੇ ਦੇਸ਼ਾਂ ਦੇ ਸਰਕਾਰਾਂ ਕੋਲ ਪ੍ਰਸਤਾਵ ਭੇਜ دیے ਸੁਝਾਅ ਭੇਜ دیے ਕਿ ਕਿਹੜੇ ਕਿਹੜੇ ਇਸੀ ਤੋਂ ਐਗਰੀ ਨੇ ਤੋ ਇੱਕ ਸੰਗਠਨ ਬਣਾਉਣਾ ਚਾਹੁੰਦੇ ਨੇ ਪ੍ਰਸਤਾਵ ਕੀ ਭੇਜੇ ਕਿ ਉਹਨਾਂ ਨੇ ਕਿਹਾ ਕਿ ਇੱਕ ਆਪਸ ਸੁਰੱਖਿਆ ਪ੍ਰਸ਼ਾਸਨ ਬਣਾਈਏ ਤੁਸੀਂ ਪਹਿਲਾਂ ਸਿਕਿਉਰਿਟੀ ਕੌਂਸਲ ਵਾਲੇ ਚੈਟਰ ਪੜ੍ਹਿਆਣਾ ਵਾ ਇਹ ਜਿਹੜਾ ਸਮੂਹ ਸੁਰੱਖਿਆ ਵਾਲਾ ਬੈਲੈਂਸ ਆਫ ਪਾਵਰ ਵਾਲਾ ਅਤੇ ਜੀ ਇਸ ਟੂ ਅੰਡਰਸਟੈਂਡ ਕੀਤੀ ਜਾਣੀ ਹੈ ਕਿ ਇੱਕ ਸੁਰੱਖਿਆ ਪ੍ਰੇਸ਼ਰ ਬਣਾਈ ਜਾਊਗੀ ਜਿਹਦੇ ਕਿੰਨੇ 11 ਮੈਂਬਰ ਹੋਣਗੇ ਠੀਕ ਹੈ ਦੈਨ ਆਫਟਰ ਹਰੇਕ ਨਵੇਂ ਅੰਤਰਰਾਸ਼ਟਰੀ ਸੰਗਠਨ ਦੇ ਮੈਂਬਰਾਂ ਦਾ ਰਾਜਾਂ ਦਾ ਕਰਤੱਵ ਹੋਏਗਾ ਕਿ ਜਦੋਂ ਵੀ ਕਿਸੇ ਸੁਰੱਖਿਆ ਪ੍ਰਸ਼ਨ ਨੂੰ ਕਿਸੇ ਹਮਲਾਵਾਰ ਦੇ ਵਿਰੁੱਧ ਕਾਰਵਾਈ ਕਰਨ ਦੀ ਲੋੜ ਪਈ ਤਾਂ ਸਾਰੇ ਦੇਸ਼ ਮੰਨ ਲਓ ਕਿ ਆਪਣੇ ਆਪਣੇ ਸਨਾਵਾਂ ਦੇਣਗੇ ਵੀ ਉਹਦੇ ਕੋਲ ਆਪਣੀ ਕੋਲ ਨਹੀਂ ਕੋਈ ਪਰਸਨਲੀ ਸਹਿਨਾ ਹੈਗੀ ਬਟ ਜਿਹੜੇ ਜਿਹੜੇ ਮੈਂਬਰ ਬਣਿਆ ਸਪੋਜ਼ ਕਰੋ ਕਿ ਪਹਿਲਾਂ ਜ 26 ਮੈਂਬਰ ਬਣੇ ਆ ਦੇਸ਼ ਵਗੈਰਾ ਠੀਕ ਹੈ ਪਿਛੇ ਸਾਈਨ ਕੀਤੇ ਹੋਏ ਉਹਨਾਂ ਨੇ ਤੇ 26 ਦੇਸ਼ਾਂ ਵਿੱਚ ਮੰਨ ਲਓ ਜਾਂ ਉਸ ਦੇ ਵਿੱਚੋਂ ਜਾਂ ਕਿਸੇ ਤੋਂ ਬਾਹਰੋਂ ਕੋਈ ਹਮਲਾ ਆ ਜਾਂਦਾ ਹੈ ਤੇ ਬਾਕੀ 25 ਦੇ 25 ਜਿਹੜੇ ਹੈਗੇ ਉਹਦੀ ਹੈਲਪ ਕਰ ਲਈ ਅੱਗੇ ਆਉਣਗੇ ਆਪਣੀ ਆਪਣੀ ਸੈਨਾ ਪੈਸਾ ਜੋ ਵੀ ਹਥਿਆਰ ਵਗੈਰਾ ਦੇਣਗੇ ਹੈਲਪ ਕਰਨਗੇ ਇਸ ਤੋਂ ਬਾਅਦ ਉਹਨੇ ਕਿਹਾ ਕਿਉਂਕਿ ਇਹ ਪੰਜ ਦੇਸ਼ ਹੀ ਅੱਗੇ ਲੀਡ ਕਰ ਰਹੇ ਸੀ ਤੇ ਇਹਦੇ ਮਿੱਤਰ ਦੇਸ਼ੀ ਦੋ ਦੇਸ਼ ਹੋਰ ਐਡ ਹੋ ਗਏ ਇਹਨਾਂ ਨੇ ਕਿਹਾ ਕਿ ਇਹਨਾਂ ਨੂੰ ਵੀਟੋ ਪਾਵਰ ਦਿੱਤੀ ਜਾਏਗੀ ਕਿ ਜੇ 5 ਜਾਣੇ ਹੜੇ ਗਿਆ ਕੋਈ ਇੰਟਰਨੈਸ਼ਨਲ ਮੁੱਦੇ ਤੇ ਕੋਈ ਫੈਸਲਾ ਕਰਦੇ ਨਹੀਂ 5 ਜਣੇ Yes ਕਹਿੰਦੇ ਨੇ ਤਾਂ ਮੁੱਦਾ ਪਾਸ ਹੋਏਗਾ ਜੇ 9 ਕਹਿੰਦੇ ਨੇ ਉਹ ਰਿਜੈਕਟ ਹੋਏਗਾ ਕਿ ਇਹਨਾਂ ਕੋਲ ਵੀਟੋ ਪਾਵਰ ਹੋਵੇਗੀ ਕਲੀਅਰ ਹੋ ਗਿਆ ਕਿ ਡਮ ਜਿਹੜਾ ਹੈਗਾ ਡੰਪਾਰਕਸ ਪ੍ਰਸਤਾਵ ਕੀ ਹੋਇਆ ਕਿ ਇਹਨਾਂ ਨੇ ਡਿਸਾਈਡ ਕੀਤਾ ਇੱਕ ਸੁਰੱਖਿਆ ਪਰਿਸ਼ਦ ਬਣਾਈ ਜਾਵੇ ਪਰ ਚ ਗੈਰ ਮੈਂਬਰ ਹੋਣ ਦੈਨ ਆਫਟਰ ਜਿਹੜੀ ਸੁਰੱਖਿਆ ਪਰਿਸ਼ਦ ਨੂੰ ਸਹਿਨਾ ਦੇਣੀ ਹੈਗੀ ਆ ਨਾ ਉਹ ਬਾਕੀ ਦੇਸ਼ ਹੈਲਪ ਕਰਨਗੇ ਤੇ ਪੰਜ ਪੰਜ ਦੇਸ਼ਾਂ ਨੂੰ ਵੀਟੋ ਪਾਵਰ ਦਿੱਤੀ ਜਾਏਗੀ ਥੈਨ ਆਫਟਰ ਚਾਲਟਾ ਕਾਨਫਰੰਸ ਹੋਇਆ 1945 ਇਹਦੇ ਵਿੱਚ ਇਹ ਡਿਸਾਈਡ ਕੀਤਾ ਗਿਆ ਕਿ VOTING ਦਾ ਪ੍ਰੋਸੈਸ ਕੀ ਹੋਣਾ ਚਾਹੀਦਾ ਹੈਗਾ ਵਾ ਜਦੋਂ ਆਪਾਂ ਜਦੋਂ ਮਲਬੀ ਤੁਸੀਂ ਵੋਟ ਪਾਉਣੀ ਵੀ ਆਂ ਕਿ ਆਹ ਕੰਮ ਸਹੀ ਆ ਦੇਸ਼ ਨੇ ਹਮਲਾ ਕੀਤਾ ਵਾ ਜਾਂ ਨੇ ਆਪਣੀ ਸੁਰੱਖਿਆ ਲਈ ਕੰਮ ਕੀਤਾ ਵਾ ਇਹਦਾ ਪ੍ਰੋਸੈਸ ਕੀ ਹੋਣਾ ਚਾਹੀਦਾ ਇਹਦੇ ਵਿੱਚ ਵੀ ਕਿਹਾ ਗਿਆ ਕਿ ਚਲੋ ਇਸ ਵਾਰ ਜਿਹੜੀ ਡਿਸ ਇੱਥੇ ਇੱਥੇ ਜਸਟ ਇੱਕ ਪ੍ਰੋਬਲਮ ਡਿਸਕਸ ਹੋਈ ਔਰ ਇਹਦਾ ਸੋਲੂਸ਼ਨ ਉਹਨੇ ਕਿਹਾ ਕਿ ਜਿਹੜਾ ਆਉਣ ਵਾਲਾ ਸਿਮੀਨਾਰ ਨਾਲ ਸਨ ਫਰਾਸਿਸ ਕੋ ਉਥੇ ਆਪਾਂ ਇੱਕ ਸੈਮੀਨਾਰ ਬੁਲਾਵਾਂਗੇ ਤੇ ਉਹਦੇ ਵਿੱਚ ਇਹ ਚੀਜ਼ ਦਾ ਹੱਲ ਕਰਾਂਗੇ देन ਆਫਟਰ ਸਨ ਫਰਾਸਿਸ ਕੋ ਸਿਮੀਲਨ ਹੋਇਆ ਉਹਦੇ ਵਿੱਚ ਘੱਟੋ ਘੱਟ 282 ਪ੍ਰਤੀਸ਼ਤ ਨੇ ਹਿੱਸਾ ਲਿਆ ਉਸ ਵਿੱਚ ਜੋ ਜੋ ਪ੍ਰੋਬਲਮ ਚੱਲ ਰਹੀ ਸੀ ਕਿ ਵੋਟਿੰਗ ਦਾ ਪ੍ਰੋਸੈਸ ਕੀ ਹੋਣਾ ਚਾਹੀਦਾ ਉਹਦੇ ਵਿੱਚ ਕਾਫੀ ਜਿਹੜੀ ਡਿਸਕਸ਼ਨ ਵਗੈਰਾ ਹੋਈ ਇਸ ਕਾਨਫਰੰਸ ਵਿੱਚ ਹੀ ਸੰਯੁਕਤ ਰਾਸ਼ਟਰ ਸੰਗ ਦੀ ਰੂਪਰੇਖਾ ਖਿੱਚੀ ਗਈ ਕਿ ਜਿਹੜਾ ਯੂਨਾਈਟਿਡ ਨੇਸ਼ਨ ਆਰਗੇਨਾਈਜੇਸ਼ਨ ਆ ਕਿਉਂਕਿ ਸਟਾਰਟਿੰਗ ਤੋਂ ਮੰਗ ਕਰ ਰਹੀ ਇੱਕ ਆਰਗੇਨਾਈਜੇਸ਼ਨ ਆਰਗੇਨਾਈਜੇਸ਼ਨ ਮਜ਼ਬੂਤ ਹੋਣੀ ਚਾਹੀਦੀ ਹੈਗੀ ਆ। ਤੋਂ ਫਿਰ ਇੱਕ ਸਕੈਚ ਦਾ ਤਿਆਰ ਕੀਤਾ ਗਿਆ ਕਿ ਉਹਦੇ ਵਿੱਚ ਕਿੰਨੇ ਮੈਂਬਰ ਹੋਣਗੇ, ਕਿਵੇਂ ਕਿੱਦਾਂ ਕੰਮ ਕਰਨਗੇ, ਕਿਹੜੇ-ਕਿਹੜੇ ਉਹਦੇ ਅੰਗ ਹੋਣਗੇ ਸਾਰੀ ਇੱਕ ਰੂਪਰੇਖਾ ਖਿੱਚੀ ਗਈ। ਦੈਨ ਆਫਟਰ ਥੈਟ ਕੀ ਹੋਇਆ ਕਿ 26 ਜੂਨ 1947 ਨੂੰ ਇਹ ਜਿਹੜੀ ਮੀਟਿੰਗ ਖਤਮ ਹੋਈ ਤੇ 50 ਰਾਸ਼ਟਰ ਸੀ ਪਹਿਲਾਂ ਜਿਹਨਾਂ ਨੇ ਇੱਕ ਸਹਿਮਤੀ ਸਵੀਕਾਰ ਕੀਤੀ। ਦੈਨ ਆਫਟਰ ਪੋਲੰਡ ਜਿਹੜਾ ਕਾ ਅਵੀ ਸ਼ਾਮਲ ਹੋ ਗਿਆ ਤੇ ਪੋਲੰਡ ਦੇ ਸ਼ਾਮਲ ਹੋਣ ਨਾਲ ਇਹ ਇਹਨਾਂ ਦੀ ਗਿਣਤੀ 51 ਹੋ ਗਿਆ। ਠੀਕ ਹੈ। 51 ਦੇਸ਼ ਜੇ ਤੁਹਾਨੂੰ ਕੋਈ ਪੁੱਛ ਲੈਂਦਾ ਕਿ ਜਨਤ نیشنل ਆਰਗੇਨਾਈਜੇਸ਼ਨ ਦੀ ਸਥਾਪਨਾ ਵੇਲੇ ਕਿੰਨੇ ਮੈਂਬਰ ਸਨ ਤੇ ਕਿੰਨੇ ਸਨ 51। ਸਨ ਫਰਾਂਸਕੋ ਕਾਨਫਰੰਸ ਨੇ ਚੀ ਫੈਸਲਾ ਕਰ ਲਿਆ ਗਿਆ ਕਿ ਸੁਰੱਖਿਆ ਪ੍ਰੇਸ਼ਲ ਦੇ ਕਿੰਨੇ 5 ਸਾਈ ਮੈਂਬਰ ਹੋਣਗੇ ਉਹ ਆਪਾਂ ਪਿਛੇ ਡਿਸਕਸ ਕਰ ਲਿਆ ਕਿ ਜਿਨ੍ਹਾਂ ਨੂੰ ਵੀਟੋ ਪਾਵਰ ਮਿਲੇਗੀ ਅਮਰੀਕਾ ਰਸ਼ੀਆ ਫਰਾਂਸ ਚਾਈਨਾ ਇੰਗਲੈਂਡ ਨੂੰ ਥੈਨ ਆਫਟਰ ਚਾਰਟਰ ਦੇ ਸਾਈਨ ਜਦੋਂ ਸਾਈਨ ਕਰ ਲਿਆ ਕਿ ਹਾਂ ਡੈਫੀਨਿਟਲੀ ਪਰਮਾਨੈਂਟ ਹੋ ਗਿਆ ਕਿ ਹਾਂ ਵੀ ਆਪਣੀ ਜੁਨਾਈਟਿਡ ਨੇਸ਼ਨਲ ਆਰਗੇਨਾਈਜੇਸ਼ਨ ਬਣ ਜਾ ਰਹੀ ਆ ਤੇ ਇਹ 51 ਦੇਸ਼ ਇਸ ਚੀਜ਼ਾਂ ਨੂੰ ਫੋਲੋ ਕਰਨਗੇ ਜੋ ਵੀ ਆਪਾਂ ਰੂਲ ਰੈਗੂਲੇਸ਼ਨ ਬਣਾਏ ਆ ਇੱਕ ਸਬਦਾਨ ਬਣਾਇਆ ਜੋ ਕੁਝ ਹੋਈ ਆ ਸੰਯੁਕਤ ਰਾਸ਼ਟਰ ਦਾ ਚਾਰਟਰ ਜਿਸ ਵਿੱਚ 111 ਧਰਾਵਾਂ ਹਨ ਕਿੰਨੀਆਂ ਧਰਾਵਾਂ ਜਿੱਦਾਂ ਆਪਣਾ ਹਰ ਇੱਕ ਆਪਣੇ ਇੰਡੀਆ ਦਾ ਸੰਵਿਧਾਨ ਹੈਗਾ ਨਾ ਉਹਦੀਆਂ ਆਰਟੀਕਲਸ ਨੇ ਚੈਪਟਰ ਨੇ ਇਸੇ ਤਰ੍ਹਾਂ ਹੀ ਸੰਯੁਕਤ ਰਾਸ਼ਟਰ ਦਾ ਇੱਕ ਸੰਵਿਧਾਨ ਆ ਉਹਦੀਆਂ 111 ਧਰਾਵਾਂ ਨੇ 19 ਅਧਿਆਏ ਨੇ 19 ਉਹਦੇ ਜਿਹੜੇ ਅੱਗੇ-ਅੱਗੇ 파ਟ ਨੇ ਤੇ ਇਹਦੇ ਵਿੱਚ ਘਟੋੜ ਘੜ ਵੇਹੇ ਅਮਰੀਕਾ ਲੀਡ ਕਰ ਰਿਆ ਸੀ ਰੁਸਵੈਲਟ ਵਗੈਰਾ ਉਹਨਾਂ ਨੇ ਵਿਚਾਰਾਂ ਦੇ 4 ਲੱਖ ਰੁਪਏ ਤੱਕ 4 ਲੱਖ ਅਮਰੀਕੀ ਡਾਲਰ ਖਰਚ ਵਗੈਰਾ ਆ ਇਹਦੇ ਵਿੱਚ 55 ਦੇਸ਼ਾਂ ਨੇ ਜਿਹੜੇ ਕਿ ਸਾਈਨ ਕੀਤੇ ਤੇ ਇੱਕ ਐਜ਼ ਅ ਫਾਰਮੈਲਿਟੀ ਦੇ ਤੌਰ ਤੇ ਕਹ ਲਓ 24 ਅਕਤੂਬਰ 1945 ਨੂੰ ਇਸ ਦਾ ਇੱਕ ਰਸਮੀ ਤੌਰ ਤੇ ਸੰਯੁਕਤ ਰਾਸ਼ਟਰ ਦਾ ਜਨਮ ਹੋਇਆ ਠੀਕ ਹੈ ਅੱਜ ਵੀ ਕਹਿੰਦੇ ਵਿਸ਼ਵ ਭਰ ਵਿੱਚ 24 ਅਕਤੂਬਰ ਨੂੰ ਸੰਯੁਕਤ ਰਾਸ਼ਟਰ ਦਿਵਸ ਮਨਾਇਆ ਜਾਂਦਾ ਹੈ ਦਵਾ ਇਹਦੀਆਂ ਜਿਹੜੀਆਂ ਭਾਸ਼ਾਵਾਂ ਵਾਂ ਵੀ ਉਹ ਪੰਜ ਭਾਸ਼ਾਵਾਂ 'ਚ ਗੱਲਬਾਤ ਹੁੰਦੀ ਹੈਗੀ ਆ ਵੀ ਜਿਹਨ ਜਿਹਨ ਨੂੰ ਜੋ ਭਾਸ਼ਾ 'ਚ ਐਕਸਪਰਟ ਹੋ ਉਹ ਆਪਣੇ ਇਹਦੇ ਵਿੱਚ ਗੱਲ ਕਰ ਸਕਦਾ ਬਾਕੀ ਟਰਾਂਸਲੇਟਰ ਵਗੈਰਾ ਹੁੰਦੇ ਨੇ ਫ੍ਰੈਂਚ ਅੰਗਰੇਜ਼ੀ ਰਸ਼ੀਅਨ ਚੀਨ ਦੀ ਸਪੈਨਿਸ਼ ਠੀਕ ਹੈ ਤੇ ਇਹਦੇ ਚ ਲੇਅਰ ਆਏ ਬੈਨਟ ਨੇ ਇੱਕ ਬੜੀ ਸੁਣੀ ਕੋਟੇਸ਼ਨ ਕਹੀ ਸੀ ਇਹਦੇ ਨਾਲ ਰਿਲੇਟਡ ਵਗੈਰਾ ਕਿੰਦਾ ਕਿ ਇਹ ਲਿਖਤੀ ਸਬਧਾਂ ਦੇ ਰੂਪ ਵਿੱਚ ਚਾਰਟਰ ਵਿੱਚ ਸੰਯੁਕਤ ਰਾਸ਼ਟਰ ਦੀ ਬੰਤਰ ਸਦਾਂਤਾ ਕਾਰਜ ਅਤੇ ਸ਼ਕਤੀਆਂ ਦਾ ਵਰਣ ਕੀਤਾ ਗਿਆ ਜੇਕਰ ਆਪਾਂ ਪਿੱਛੇ ਇਸ ਚੈਪਟਰ ਨੂੰ ਥੋੜਾ ਜਿਆਦਾ ਹਿਸਟਰੀ ਨੇ ਧਿਆਨ ਵਿੱਚ ਦੇਖ ਲਈਏ ਉਸੇ ਵਿੱਚ ਇਹ ਆਪਣਾ ਅੱਧਾ ਚੈਪਟਰ ਨਿਕਲ ਜਾਂਦਾ ਹੈਗਾ ਕਿ ਇਹ ਐਕਚੁਅਲੀ ਸਿਧਾਂਤ ਕੀ ਆ ਆਬਜੈਕਟਿਵ ਕੀ ਆ ਪ੍ਰਿੰਸੀਪਲ ਵਗੈਰਾ ਕੀ ਆ ਪਹਿਲਾਂ ਸਟਾਰਟਿੰਗ ਵਿੱਚ ਇਹਦੇ 51 ਮੈਂਬਰ ਸੀ ਹੁਣ ਇਹਦੇ 193 ਮੈਂਬਰ ਹੋ ਗਏ ਹੈਗੇ ਆ ਨੈਕਸਟ ਵੀਡੀਓ ਚ ਆਪਾਂ ਇਹਦੇ ਉਦੇਸ਼ ਕਰਾਂਗੇ ਠੀਕ ਹੈ ਆਈ ਹੋਪ ਤੁਹਾਨੂੰ ਇਹ ਚੀਜ਼ ਸਮਝ ਲੱਗ ਗਈ ਹੋਗੀ ਕਿ ਕਿਤੇ ਵੀ ਵਿਆਕਰਮਿਕ ਹੈ 1 ਬਾਈ 1 ਇਹਦਾ ਟੌਪਿਕ ਜਿਹੜੇਗੇ ਮੈਂ ਵੀਡੀਓ ਅਪਲੋਡ ਕਰਾਂਗੇ ਥੈਂਕਸ ਬੇਟਾ ਪਲੀਜ਼ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਜੋ ਮੈਨੂੰ ਮਿਲੇ ਹੌਸਲਾ ਹੋਵੇ ਕਿ ਹਾਂ ਕਿ ਤੁਹਾਨੂੰ ਸਮਝ ਆ ਰਹੀ ਹੈ ਤੁਹਾਨੂੰ ਪਸੰਦ ਆ ਰਹੀ ਹੈ ਵੀਡੀਓ ਥੈਂਕਸ ਬੇਟਾ